ਸੋ ਸਾਡੇ ਨਾਲ ਮੌਜੂਦ ਨੇ ਹਰਵੰਸ ਸਿੰਘ ਮੁੰਡੀ ਜੋ ਕਿ ਪਹਿਲਾਂ PIU ਦੇ ਪ੍ਰਧਾਨ ਰਹੇ ਨੇ, ਉਹ ਵੀ ਸਾਡੇ ਨਾਲ ਬੈਠੇ ਨੇ ਮੌਜੂਦ। ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਲੱਗਦਾ ਕਿ ਇਹ ਸਰਕਾਰ ਇਸ ਵਾਰ ਕੀ ਕੀ ਮੁੱਦੇ ਲੈ ਕੇ ਆਉਂਦੀ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਸਵਾਗਤ ਹੈ। ਸਰ ਕੀ ਲੱਗਦਾ ਜੀ ਤੁਹਾਡੀ ਸਰਕਾਰ ਆ ਗਈ, ਪੰਜਾਬ ਨੂੰ ਕਿੱਦਾਂ ਰੀਪ੍ਰਜੈਂਟ ਕਰੋਗੇ? ਦੇਖੋ ਜੀ, ਅਕਾਲੀ ਦਲ ਦੀ ਸਰਕਾਰ ਆਪਣੇ ਸਿਰਾ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਭਾਸ਼ਾ ਸ਼ੋਰ ਆ, ਉਹ ਤਾਂ ਪਹਿਲਾਂ ਹੀ ਪਤਾ ਜੀ। ਤੁਸੀਂ ਪਿਛਲੇ 10 ਸਾਲਾਂ ਦਾ ਜਿਹੜਾ ਰਿਕਾਰਡ ਆ ਸ਼੍ਰੋਮਣੀ ਅਕਾਲੀ ਦਲ ਦਾ, ਉਹ ਦੇਖ ਲਓ। ਚਾਹੇ ਪਿੰਡਾਂ ਦੀ ਡਿਵੈਲਪਮੈਂਟ ਆ, ਚਾਹੇ ਸ਼ਹਿਰਾਂ ਦੀ ਡਿਵੈਲਪਮੈਂਟ ਆ, ਚਾਹੇ ਕੋਈ ਵੀ ਆ, ਚਾਹੇ ਜਿਵੇਂ ਹੁਣ ਸਵਾਲ ਸਾਹਿਬ ਨੇ ਦੱਸਿਆ ਹੀ ਆ ਤੁਹਾਨੂੰ ਪਹਿਲਾਂ, ਵੀ ਜਿੰਨੇ ਵੀ ਬ੍ਰਿਜ ਬਣਾਏ ਗਏ ਉਹ ਨੇ, ਜਿੰਨੇ ਹਾਈਵੇ ਬਣਾਏ ਹੋਏ ਨੇ, ਜਿੰਨੇ ਏਅਰਪੋਰਟ ਬਣਾਏ ਉਹ ਵੀ ਇਹਨਾਂ ਨੇ। ਸੋ ਜਿੰਨੇ ਵੀ ਜਿਹੜਾ ਇੰਫਰਾਸਟ੍ਰਕਚਰ ਖੜਾ ਕੀਤਾ ਪੰਜਾਬ ਦੇ ਵਿੱਚ, ਉਹ ਸਭ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਰਤਾ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਵਿੱਚ ਜਿਹੜੇ ਬਣਾਏ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਗਰੀਬਾਂ ਵਾਸਤੇ ਸਹੂਲਤਾਂ ਲਿਆਉਂਦੀਆਂ, ਚਾਹੇ ਉਹ ਆਟਾ ਦਾਲ ਸਕੀਮ ਸੀ, ਚਾਹੇ ਉਹ ਬੁਢਾਪਾ ਸਕੀਮ ਸੀ, ਚਾਹੇ ਉਹ ਸ਼ਗਨ ਸਕੀਮ ਸੀ, ਚਾਹੇ ਉਹ ਨੀਲੇ ਕਾਰਡਾਂ ਦਾ ਜਿਹੜੇ ਲੋਕਾਂ ਨੂੰ ਪੈਸੇ ਦੇਣੀਆਂ, ਚਾਹੇ ਉਹ ਲੜਕੀਆਂ ਨੂੰ, ਗਰੀਬ ਲੜਕੀਆਂ ਨੂੰ ਸ਼ਗਨ ਆਪਣੇ ਸਾਈਕਲ ਦੇਣੀਆਂ, ਚਾਹੇ ਉਹ ਪਿੰਡਾਂ ਦੇ ਸੋ ਜਿੰਨਾ ਵੀ ਬਿਜਲੀ ਜਿਹੜੀ 200 ਯੂਨਿਟ ਉਹਨਾਂ ਨੇ ਮਾਫ਼ ਕੀਤੀ। ਸੋ ਜਿੰਨੀਆਂ ਜਿਹੜੀਆਂ ਅੱਜ ਤੱਕ ਸਕੀਮਾਂ ਪਹਿਲਾਂ ਕੀਤੀਆਂ, ਉਹ ਲੋਕ ਰੀਸ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਨਹੀਂ, ਪਰ ਉਹਨਾਂ ਨੇ ਜਿੰਨੀਆਂ ਸਕੀਮਾਂ ਕੀਤੀਆਂ ਗਰੀਬਾਂ ਲਈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ। ਸੋ ਅਸੀਂ ਸਰ ਇੱਕ ਸਵਾਲ ਪੁੱਛਣਾ ਚਾਹਾਂਗੇ ਕਿ ਪਿਛਲੇ ਜੋ ਚੰਦੀ ਚੰਨੀ ਸਾਹਿਬ ਦੇ ਜੋ ਰਿਸ਼ਤੇਦਾਰ ਸੀ, ਉਹਨਾਂ 'ਤੇ ਇਹਦੀ ਰੇਡ ਪਈ ਆ, ਕਿੱਦਾਂ ਦੇਖਦੇ ਹੋ ਕਿ ਉਹ ਪੈਸਾ ਬਾਕੀ ਉਹਦਾ 1 ਨੰਬਰ ਦਾ ਸੀ ਜਾਂ 2 ਨੰਬਰ? ਸਾਰਿਆਂ ਨੂੰ ਜ਼ਾਹਰ ਆ, ਦੇਖੋ 10 ਕਰੋੜ ਉਹ ਕਹਿੰਦਾ ਮੈਂ ਗਰੀਬ ਹਾਂ, ਦੇਖੋ ਚੰਨੀ ਖਰੀਦ ਸੀ ਕਹਿੰਦਾ ਗਰੀਬ ਘਰ, ਤੁਸੀਂ ਮੈਨੂੰ ਦੱਸੋ ਆਪਣੇ ਸਾਡੇ ਪਿੰਡਾਂ ਦੇ ਵਿੱਚ ਕਿਤੇ ਮਰਜ਼ੀ 10 ਕਰੋੜ ਰੁਪਇਆ ਦੱਸੋ ਕਿਤੇ ਕੋਲ ਨਹੀਂ। ਇਹ ਤਾਂ ਸਾਫ਼ ਜ਼ਾਹਰ ਆ ਵੀ ਜਿਹੜੇ ਚੰਨੀਆਂ ਉਹਨਾਂ ਨੇ ਪੂਰੀ ਕਰਪਸ਼ਨ ਕੀਤੀ ਹੈ, ਚਾਹੇ ਉਹ ਰੇਤਾ ਸੁਧਰ ਦੀ ਪੂਰੀ ਕਰਪਸ਼ਨ ਕੀਤੀ ਉਹਨਾਂ ਨੇ ਆਪਣੇ ਇਲਾਕੇ ਦੇ, ਇਹ ਸੋਚਦੇ ਲੋਕਾਂ ਨੂੰ ਸ਼ਰੇਆਮ ਪਤਾ, ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ। ਸੋ ਸਾਡੇ ਨਾਲ ਨੌਜਵਾਨ ਵੀਰ ਮੌਜੂਦ ਨੇ ਜੋ ਕਿ ਅਕਾਲੀ ਦਲ ਪਾਰਟੀ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਸੋ ਮੇਰੇ ਨਾਲ ਬੈਠੇ ਜਿੰਦਰ ਸਿੰਘ ਪੰਚ ਮੈਂਬਰ ਜਸੋਲ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਸਵਾਗਤ ਹੈ ਜੀ ਚੈਨਲ ਦਾ, ਬਹੁਤ ਧੰਨਵਾਦ ਸਾਡੇ ਕਰਨ ਲਈ। ਸਰ ਕੀ ਲੱਗਦਾ ਇਸ ਵਾਰ ਤੁਸੀਂ ਕਿਹਨਾਂ ਨੂੰ ਵੋਟ ਪਾ ਰਹੇ ਹੋ? ਦੇਖੋ ਜੀ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਹਾਂ, ਉਹਨਾਂ ਨੇ ਪਾਵਾਂਗੇ ਨਹੀਂ, ਉਹ ਜੋ ਚੰਨੀ ਸਾਹਿਬ ਬਾਹਲੇ ਵੱਡੇ ਵੱਡੇ ਕੀਤੇ ਨੇ, ਉਹਨਾਂ ਨੇ ਕੀ ਲੱਗਦਾ ਬਿਲਕੁਲ ਜਾਇਜ਼ ਨੇ ਜਾਂ ਨਜਾਇਜ਼ ਨੇ ਜੀ? ਦੇਖੋ ਜੀ, ਵਾਅਦਾ ਤਾਂ ਮੈਂ ਹੁਣ ਕਰਦਾ, ਮੈਂ ਯੂਨੀਵਰਸਿਟੀ ਦਾ ਬਾਹਰ ਦਾ ਹਰੇਕ ਘਰ ਸਰ, ਪਰ ਉਹ ਪੂਰਾ ਸ਼੍ਰੋਮਣੀ ਅਕਾਲੀ ਦਲ ਹੀ ਕਰ, ਪਹਿਲਾਂ ਵੀ ਕੀਤੇ ਨੇ ਅਤੇ ਹੁਣ ਵੀ ਜੋ ਕੀਤੇ ਨੇ ਉਹ ਵੀ ਪੂਰੇ ਹੋਣਗੇ, ਜੋ ਪਹਿਲਾਂ ਕੀਤੇ ਸੀ ਉਹ ਪੂਰੇ ਹੋ ਗਏ ਨੇ, ਜੋ ਨਵੇਂ ਕਰਨਗੇ ਉਹ ਅਸੀਂ ਆ ਕੇ ਪੂਰੇ ਕਰਾਂਗੇ। ਸੋ ਅਸੀਂ ਦੇਖਿਆ ਕਿ ਮੈਂ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਸ਼ਿਵਾਲਿਕ ਸਾਹਿਬ 'ਤੇ ਜੋ ਇੱਕ ਖਿਤਾਬ ਜੁੜਿਆ ਹੋਇਆ ਕਿ ਇਮਾਨਦਾਰ ਦਾ ਉਹਨਾਂ ਦੇ ਖਿਤਾਬ ਲੱਗਿਆ ਹੋਇਆ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਉਹ ਖਿਤਾਬ ਬਿਲਕੁਲ ਸਹੀ ਹੈ, ਜੋ ਇਮਾਨਦਾਰ ਦਾ ਉਹਨਾਂ ਨੂੰ ਦਿੱਤਾ ਗਿਆ ਖਿਤਾਬ? ਜਿਹੜੀ ਪਬਲਿਕ ਆ, ਸਾਡੇ ਵੋਟਰ ਨੇ, ਉਹ ਦਿੰਦੇ ਨੇ ਖਿਤਾਬ, ਉਹਨਾਂ ਨੂੰ ਉਹ ਚੰਗੇ ਲੱਗਦੇ ਨੇ। ਕਿੰਨੇ ਸਾਲ ਉਹਨਾਂ ਦੇ ਅਕਾਲੀ ਦਲ 'ਚ ਹੋ ਗਏ, ਕਿੰਨੇ ਸਾਲ ਸਾਡੇ ਹਲਕੇ ਦੀ ਸੇਵਾ 'ਚ ਲੱਗੇ ਹੋਏ ਨੇ, ਇੰਨਾ ਵਿਕਾਸ ਕੀਤਾ ਕਿ ਅਸੀਂ ਉਹਨੂੰ ਬਣਾ ਨਹੀਂ ਸਕਦੇ। ਸੋ ਲੋਕ ਉਹਨੂੰ ਪਸੰਦ ਕਰਦੇ ਨੇ, ਇਸ ਵਾਰ ਉਹਨਾਂ ਨੂੰ ਸਾਰੇ ਹੁਮ ਹੁਮਾ ਕੇ ਸਾਰੇ ਕੁਝ ਸਪੋਰਟ ਕਰਨਗੇ ਉਹਨਾਂ ਦੀ, ਅਤੇ ਖੁੱਲ੍ਹ ਕੇ ਵੋਟਾਂ ਪਾਉਣਗੇ, ਵੱਡੀ ਭੀੜ ਨਾਲ ਚੁਕਾਉਣਗੇ ਇਸ ਵਾਰ। ਸੋ ਬਹੁਤ ਬਹੁਤ ਧੰਨਵਾਦ। ਨਾਲ ਸਾਡੇ ਬਾਈ ਜੀ ਬੈਠੇ ਯੂਥ ਸਰਕਲ ਪ੍ਰਧਾਨ ਸ਼ੈਂਕੀ ਜਸ ਵਾਲਿਆਂ ਨਾਲ ਵੀ ਗੱਲ ਕਰਵਾਈ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਸਵਾਗਤ ਹੈ। ਸਰ ਕਿਵੇਂ ਦੇਖ ਰਹੇ ਹੋ ਐਤਕੀ ਸ਼ਿਵਾਲਿਕ ਸਾਹਿਬ ਹਲਕਾ ਗਿੱਲ ਦੀ ਸੀਟ ਲੈ ਕੇ ਜਾਂਦੇ ਜੀ? 100% ਸੀਟ ਪੱਕੀ ਹੈ ਜੀ, ਕਿਉਂਕਿ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਦਾ MLA ਬਣਿਆ ਉਹ ਦੇਖ ਲਿਆ ਕਿ ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਕੁਛ ਨਹੀਂ ਕੀਤਾ, ਸੋ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਕਾਂਗਰਸ ਤੋਂ ਬਿਲਕੁਲ ਨਹੀਂ। ਕਾਂਗਰਸ ਆਪਸ ਦੇ ਵਿੱਚ ਹੀ ਤਾੜੋ ਪੀੜ ਹੋਈ ਪਈ ਹੈ, ਤਾਂ ਉਹਨਾਂ ਨੇ ਹੁਣ ਲੋਕਾਂ ਦੇ ਵਿਕਾਸ ਦੇ ਮੁੱਦਿਆਂ ਦੀਆਂ ਗੱਲਾਂ ਉਹਨਾਂ ਕੋਲ ਹੈ ਹੀ ਨਹੀਂ, ਕਾਂਗਰਸ ਕੋਲ ਸਿਰਫ ਆਪਣੀ ਕੁਰਸੀ ਦੀਆਂ ਗੱਲਾਂ ਨੇ। ਸੋ ਲੋਕ ਪੂਰਾ ਵਿਸ਼ਵਾਸ ਹੈ ਜੀ ਕਿ ਸ਼ਿਵਾਲਿਕ ਸਾਹਿਬ ਪੂਰੀ ਬਹੁਮਤ ਦੇ ਨਾਲ ਜਿਹੜਾ ਹੈਗਾ ਹਲਕਾ ਗਿੱਲ ਤੋਂ ਜਿੱਤ ਪ੍ਰਾਪਤ ਕਰ। ਹਲਕਾ ਗਿੱਲ ਤੋਂ ਤਾਂ ਜੀਵਨ ਸਿੰਘ ਸੰਗੋਵਾਲ ਅਤੇ ਨਾਲ ਪੁਲਿਸ ਬੈਲ ਨੇ, ਉਹਨਾਂ ਨੂੰ ਕਿੱਦਾਂ ਦੇਖ ਰਹੇ ਹੋ ਵੀ ਲੱਗਦਾ ਵੀ ਆਪਦਾ ਕੋਈ ਹੋਣਗੇ? ਕੁਲਦੀਪ ਸਿੰਘ ਬੈਲ ਤਾਂ ਦੇਖੋ ਪਿਛਲੇ 5 ਸਾਲਾਂ ਦੇ ਵਿੱਚ ਜਦੋਂ ਦੇ MLA ਬਣੇ ਨੇ, ਵੋਟਾਂ ਲੈ ਗਏ ਝੂਠੇ ਵਾਅਦੇ ਕਰਕੇ, ਅਤੇ ਉਸ ਤੋਂ ਪੂਰੇ 5 ਸਾਲ ਪਿੰਡਾਂ 'ਚ ਨਹੀਂ ਆਏ। ਸੋ ਲੋਕ ਸਿਆਣੇ ਨੇ, ਹੁਣ ਉਹ ਝੂਠੇ ਲਾ ਰਹੇ ਆ 'ਚ, ਝੂਠੀਆਂ ਸੌਹਾਂ 'ਚ, ਝੂਠੇ ਵਾਅਦਿਆਂ 'ਚ ਨਹੀਂ ਆਉਂਦੇ। ਉੱਥੇ ਹੀ ਆਪਾਂ ਗੱਲ ਕਰੀਏ ਝਾੜੂ ਵਾਲਿਆਂ ਦੀ, ਝਾੜੂ ਤਾਂ ਪਹਿਲਾਂ ਹੀ ਖਿੰਡੇ ਪਏ ਨੇ, ਪਿਛਲੀ ਵਾਰ ਲੋਕਾਂ ਨੇ 20 MLA ਜਿਤਾਏ ਸੀ ਝਾੜੂ ਪਾਰਟੀ ਨੇ ਪੰਜਾਬ ਦੇ ਵਿੱਚੋਂ। ਸੋ ਉਹਦੇ ਵਿੱਚੋਂ ਹੀ 20 MLA ਜਿਹੜੇ ਬਣੇ ਸੀ ਉਹਨਾਂ ਵਿੱਚੋਂ ਹੀ 10 ਰਹਿ ਗਏ। ਸੋ ਹੁਣ ਲੋਕ ਇਹਨਾਂ ਨੂੰ ਕਿਉਂ ਵੋਟ ਪਾਉਣਗੇ? ਐਵੇਂ ਕਾਮਾਂ ਰੌਲੀ ਹੈ ਇਹਨਾਂ ਝਾੜੂ ਭਗਤਾਂ ਦੀ ਆਪਸ 'ਚ, ਹੋਰ ਕੁਛ ਨਹੀਂ ਹੈ। ਜੋ ਹਲਕਾ ਗਿੱਲ ਦੀ ਸੀਟ ਆ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਦਸਵਾਲ ਦੀ ਪੂਰੀ ਬਹੁਮਤ ਦੇ ਨਾਲ ਜਿਹੜੀ ਹੈਗੀ ਆ ਜਿੱਤ ਪ੍ਰਾਪਤ ਕਰ। ਜਿਹੜੇ ਝਾੜੂ ਵਾਲੇ ਤੁਰੇ ਫਿਰਦੇ ਨੇ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ, ਜਿਹੜੇ ਆਪ ਜਿਹੜਾ ਆਦਮੀ ਆਪਦੀ ਪਾਰਟੀ ਨਹੀਂ ਸੰਭਾਲ ਸਕਦਾ, ਆਪਦੇ ਚੁਣੇ ਹੋਏ ਨੁਮਾਇੰਦੇ ਨਹੀਂ ਸੰਭਾਲ ਸਕਦਾ। 20 MLA ਪੰਜਾਬ ਦੇ ਲੋਕਾਂ ਨੇ ਸੰਘਰਸ਼ ਕਰਕੇ
झाड़ू के बनाए थे जिसे दस तो भज गए तो चार एम पी तीन एम पी भज गए इन्हें भी भज जाना जे इन हम मुख्यमंत्री का चेहरा नाम कर चलो सर अभी गुरु साहब अगर अरदास करते हैं कि तुम पंजाब लिए की मुद्दे लैके आ रहे हो मतलब जो थोड़ी सरकार आ जाती है सुखबीर सिंह बादल साहब पंजाब के सीएम बन सकते हैं तो पंजाब लिए तुम की रीप्रजेंट कि करोगे तुम देखो जी असी पहला भी पंजाब दे विच विकास किया है तो थोड़े सामने बोलता जिन्हें भी नवे प्रोजेक्ट है सारे सुखबीर सिंह बादल आए हैं हाईवे लैके आए हैं ब्रिज लैके आए हैं गरीबों वास्ते जिन्नी स्कीम सगिया ये हम कहें जी आटा दाल के खंड के चाह पत्ती भी दमक दी है ईवन सारे पिंडा काट कटते इन्होंने जी सो लोग भलाई सुखबीर जी ने कहा गरीबों वास्ते उन्होंने 400 यूनिट करता जो 200 हों तो 10 लाख का बीमा ऐलान किया उन्होंने जिहड़े नौजवान पढ़ना चाहते हैं इंटैलीजेंट ने गरीब फैमलिया च उन्होंने 10 लाख रुपए लोन की प्रोविजन की जिंद गरंटी सरकार ने देनी है तो वह ब्याज भी सरकार ने भरना वा सो इस तरह अनेक मुद्दे ने बीबिया वास्ते 2000 रुपया महीना प्रति उन्होंने रसोई का खर्चा देना वा।